ਨੂੰ ਇਹ ਵਿਸ਼ਵਾਸ ਸੀਗਾ ਕਿ ਇਹ ਸੰਦੀਪ ਬਰੇਟਾ ਹੀ ਹੋਵੇਗਾ ਤੇ ਹੁਣ ਪਤਾ ਚੱਲਿਆ ਕਿ ਇਹ ਵਿਅਕਤੀ ਜਿਹੜਾ ਜਿਹਨੂੰ ਅਸੀਂ ਸੰਦੀਪ ਬਰੇਟਾ ਸਾਨੂੰ ਦੱਸਿਆ ਗਿਆ ਸੀ ਇਹ ਵਿਅਕਤੀ ਸੰਦੀਪ ਨਾਮ ਦਾ ਵਿਅਕਤੀ ਹੈ। ਟੀਮ ਹਲੇ ਉੱਥੇ ਹੀ ਹੈ ਕਿਉਂਕਿ ਜੋ ਕਾਨੂੰਨੀ ਪ੍ਰਕਿਰਿਆ ਉਹਦੇ ਤਹਿਤ ਹੀ ਇਸ ਵਿਅਕਤੀ ਨੂੰ ਸਾਡੇ ਵੱਲੋਂ ਜਿਹੜਾ ਹੈਗਾ ਉਹ ਨੂੰ ਛੱਡਿਆ ਜਾਵੇਗਾ। ਸਾਨੂੰ ਇਨਫੋਰਮੇਸ਼ਨ ਜਿਹੜੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਆਈ ਸੀਗੀ ਕਿ ਸੰਦੀਪ ਬਰੇਟਾ ਦੇ ਪਰਟੀਕੂਲਰਸ ਨਾਲ ਮਿਲਦਾ ਜੁਲਦਾ ਵਿਅਕਤੀ ਜਿਹੜਾ ਹੈਗਾ ਬੰਗਲੌਰ ਏਅਰਪੋਰਟ 'ਤੇ ਜਿਹੜਾ ਹੈਗਾ ਡਿਟੇਨ ਕੀਤਾ ਗਿਆ ਏਅਰਪੋਰਟ ਅਥੋਰਿਟੀਜ਼ ਨੇ ਅਤੇ ਉਹਦੀ ਜਿਹੜੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਜਾਂ ਉਹਦੀ ਪਹਿਚਾਣ ਦੀ ਜਿਹੜੀ ਜੋ ਇਨਫੋਰਮੇਸ਼ਨ ਸਾਡੇ ਕੋਲ ਆਈ ਸੀ ਸਾਨੂੰ ਇਹ ਵਿਸ਼ਵਾਸ ਸੀਗਾ ਕਿ ਇਹ ਸੰਦੀਪ ਬਰੇਟਾ ਹੀ ਹੋਵੇਗਾ ਪਰ ਕੱਲ੍ਹ ਜਦੋਂ ਅਸੀਂ ਆਪਣੀ ਪੁਲਿਸ ਟੀਮ ਉੱਥੇ ਭੇਜੀ ਹੈ ਅਤੇ ਉਹਦਾ ਸਾਰਾ ਜਿਹੜਾ ਬੈਕਗਰਾਊਂਡ ਅਸੀਂ ਚੈੱਕ ਕਰਵਾਇਆ ਹੈਗਾ ਉਹਦੇ ਫੈਮਿਲੀ ਦੀ ਬੈਕਗਰਾਊਂਡ ਚੈੱਕ ਕੀਤੀ ਹੈ ਉਹਦੇ ਕੰਮ ਕਾਰ ਬਾਰੇ ਉਹਦੇ ਰਹਿਣ ਸਹਿਣ ਬਾਰੇ ਸਾਰਾ ਸਾਡੇ ਵੱਲੋਂ ਜਿਹੜੇ ਦੂਸਰੇ ਰਾਜਾਂ ਦੀ ਪੁਲਿਸ ਤੋਂ ਵੀ ਸਾਡੇ ਵੱਲੋਂ ਲਿਖਤੀ ਵੇਰੀਫਾਈ ਕਰਵਾਇਆ ਗਿਆ ਅਤੇ ਹੁਣ ਪਤਾ ਚੱਲਿਆ ਕਿ ਇਹ ਵਿਅਕਤੀ ਜਿਹੜਾ ਜਿਹਨੂੰ ਅਸੀਂ ਸੰਦੀਪ ਬਰੇਟਾ ਸਾਨੂੰ ਦੱਸਿਆ ਗਿਆ ਸੀ ਇਹ ਵਿਅਕਤੀ ਸੰਦੀਪ ਨਾਮ ਦਾ ਵਿਅਕਤੀ ਹੈ ਜਿਹਦੇ ਕਿ ਉਮਰ ਅਤੇ ਹੁਲੀਆ ਜਿਹੜਾ ਹੈਗਾ ਕਾਫੀ ਹੱਦ ਤੱਕ ਸੰਦੀਪ ਬਰੇਟੇ ਨਾਲ ਜਿਹੜਾ ਹੈਗਾ ਮੈਚ ਖਾਂਦਾ ਲੱਗਦਾ ਸੀਗਾ ਪਰੰਤੂ ਜਦੋਂ ਉੱਥੇ ਪੁਲਿਸ ਨੇ ਜਾ ਕੇ ਉਹਨੂੰ ਫਿਜ਼ੀਕਲ ਤੌਰ 'ਤੇ ਵੇਰੀਫਾਈ ਕੀਤਾ ਅਤੇ ਉਹਦੀਆਂ ਜਿਹੜੀਆਂ ਉਹਦੀ ਜਿਹੜੀ ਬੈਕਗਰਾਊਂਡ ਹੈਗੀ ਸੰਦੀਪ ਬਰੇਟਾ ਦੇ ਨਾਲ ਮੈਚ ਨਹੀਂ ਕਰਦੀ ਸਿਰਫ ਉਸ ਵਿਅਕਤੀ ਦਾ ਨਾਮ ਉਸਦੇ ਪਿਤਾ ਦਾ ਨਾਮ ਜਿਹੜਾ ਹੈਗਾ ਉਹ ਜਿਹੜਾ ਸਾਡੇ ਦੋਸ਼ੀ ਜੋ ਕਿ ਜਿਸਦਾ ਨਾਮ ਸੰਦੀਪ ਬਰੇਟਾ ਉਸਦੇ ਨਾਲ ਮੈਚ ਕਰਦਾ ਸੀ। ਟੀਮ ਹਲੇ ਉੱਥੇ ਹੀ ਹੈ ਕਿਉਂਕਿ ਜੋ ਕਾਨੂੰਨੀ ਪ੍ਰਕਿਰਿਆ ਉਹਦੇ ਤਹਿਤ ਹੀ ਇਸ ਵਿਅਕਤੀ ਨੂੰ ਸਾਡੇ ਵੱਲੋਂ ਜਿਹੜਾ ਹੈਗਾ ਉਹ ਨੂੰ ਛੱਡਿਆ ਜਾਵੇਗਾ ਜਾਂ ਜੋ ਵੀ ਕਿਸੇ ਕਿਸਮ ਦੀ ਸਾਨੂੰ ਇਸ ਵਿਅਕਤੀ ਦੀ ਕੋਈ ਜ਼ਰੂਰਤ ਹੋਵੇਗੀ ਤਫਤੀਸ਼ ਦੇ ਵਿੱਚ ਉਸ ਮੁਤਾਬਕ ਜਿਹੜਾ ਹੈਗਾ ਅੱਗੇ ਦੀ ਕਾਰਵਾਈ ਕੀਤੀ ਜਾਏ। ਸਰ ਫਿਲਹਾਲ ਇਹਨਾਂ ਜਿਹੜੇ ਤਿੰਨਾਂ ਭਗੌੜਿਆਂ ਨੂੰ ਫੜ ਲਈ ਪੰਜਾਬ ਪੁਲਿਸ ਅਜੇ ਵਰਕ ਕਰ ਰਹੀ ਹੈ ਕਿ ਉਹ ਤਾਂ ਤੁਹਾਡੇ ਸਾਹਮਣੇ ਜ਼ਾਹਿਰ ਹੀ ਹੈ ਕਿ ਜਿਹੜੀ ਸਾਡੇ ਕੋਲ ਹਲਕੀ ਜਿਹੀ ਵੀ ਇਨਫੋਰਮੇਸ਼ਨ ਆਈ ਸੀ ਔਰ ਜਿਹੜਾ ਅਸੀਂ LOC ਜਾਰੀ ਕੀਤਾ ਸੀ ਉਹਦੇ 'ਤੇ ਜਿਹੜਾ ਹੈਗਾ ਬੰਗਲੌਰ ਏਅਰਪੋਰਟ ਅਥੋਰਿਟੀਜ਼ ਨੇ ਉਹਦਾ ਨੋਟਿਸ ਲਿਆ ਅਤੇ ਉਹ ਸਾਡੀ LOC ਦੇ ਵਿੱਚ ਦਿੱਤੀ ਗਈ ਫੋਟੋ ਦੇ ਮੁਤਾਬਕ ਅਤੇ ਉਹਦੇ 'ਚ ਦਿੱਤੀ ਇਨਫੋਰਮੇਸ਼ਨ ਦੇ ਮੁਤਾਬਕ ਉਹਨਾਂ ਨੇ ਉਸ ਵਿਅਕਤੀ ਨੂੰ ਇਮੀਜੀਏਟਲੀ ਡਿਟੇਨ ਕਰਕੇ ਪੰਜਾਬ ਪੁਲਿਸ ਨੂੰ ਦੱਸਿਆ ਅਤੇ ਇਸ ਤਫਤੀਸ਼ ਦੇ ਵਿੱਚ ਸਾਡੇ ਵੱਲੋਂ ਇਹਨਾਂ ਵਿਅਕਤੀਆਂ ਨੂੰ ਫੜਨ ਦੀ ਜਿਹੜੀ ਹੈਗੀ ਕੋਸ਼ਿਸ਼ ਸਾਡੇ ਵੱਲੋਂ ਜਾਰੀ ਹੈ ਉਹ ਇਹ ਬਿਲਕੁਲ ਕਲੀਅਰ ਹੈ।